ਨਿਮਾਨ ਰੱਖੀ ਗਈ ਜਿਹੜੀ ਸੁੱਤੀ ਅੱਜ ਅਸੀਂ ਡੀਸੀ ਸਾਹਿਬ ਨੂੰ ਸਾਡੇ ਪ੍ਰਧਾਨ ਸਾਹਿਬ ਕਾਲੇਵਾਲ ਸਾਹਿਬ ਗਿੱਲ ਸਾਹਿਬ ਐਸਜੀਪੀਸੀ ਮੈਂਬਰ ਪਰਮਜੀਤ ਜੀ ਪਰਮਿੰਦਰ ਸੋਹਣਾ ਜੀ ਔਰ ਸਾਡੇ ਸਾਰੇ ਰੂਬੀ ਜੀ ਸਾਡੇ ਸਾਰੇ ਜ਼ਿਲ੍ਹੇ ਦੇ ਪ੍ਰਧਾਨ ਔਰ ਸਾਡੇ ਸਾਰੇ ਸਰਕਲ ਪ੍ਰਧਾਨ ਅੱਜ ਅਸੀਂ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮਿਲ ਕੇ ਆਏ ਹਾਂ ਪੰਜਾਬ ਬੜੇ ਗੰਭੀਰ ਦੌਰ 'ਚ ਜਿਹੜਾ ਗੁਜ਼ਰ ਰਿਹਾ ਹੈਗਾ ਤੁਸੀਂ ਦੇਖੋ ਵੀ ਸਾਡੀ ਸਰਕਾਰ 'ਚ ਬਿਜਲੀ ਸਰਪਲਸ ਸੀ ਅਸੀਂ ਜੂਨ ਦੇ ਮਹੀਨੇ ਵੀ 230 ਕਰੋੜ ਰੁਪਏ ਦੀ ਬਿਜਲੀ ਬਾਹਰਲੀਆਂ ਸਟੇਟਾਂ ਨੂੰ ਵੇਚੀ ਸੀ ਪਰ ਪਿਛਲੇ 5 ਸਾਲਾਂ 'ਚ ਕਾਂਗਰਸ ਦੀ ਸਰਕਾਰ ਰਹੀ ਨਲਾਇਕੀ ਰਹੀ ਇੱਕ ਯੂਨਿਟ ਵੀ ਬਿਜਲੀ ਪੰਜਾਬ 'ਚ ਪੈਦਾ ਨਹੀਂ ਹੋਈ ਅੱਜ 4000 ਮੈਗਾਵਾਟ ਬਿਜਲੀ ਦੀ ਸ਼ਾਰਟੇਜ ਔਰ ਮਾੜੀ ਗੱਲ ਇਹ ਆ ਵੀ ਜਿਹੜੀ ਕੇਜਰੀਵਾਲ ਦੀ ਸਰਕਾਰ ਬੜੇ ਬੜੇ ਦਾਅਵੇ ਕਰਦੀ ਤੀ ਹੋਰ ਕਰਦੀ ਤੀ ਕੋਈ ਵੀ ਟੈਂਪਰੇਰੀ ਇੰਤਜ਼ਾਮ ਜਿਹੜਾ ਇਹ ਸਰਕਾਰ ਨੇ ਨਹੀਂ ਕਰਿਆ ਔਰ ਅੱਜ ਪਹਿਲੀ ਵਾਰੀ ਹੋਇਆ ਪੰਜਾਬ 'ਚ ਵੀ 23-23 ਘੰਟੇ ਦੇ ਵੀ ਕੱਟ ਲੱਗੇ ਆ 8-8 ਘੰਟੇ ਦੇ ਕੱਟ ਲੱਗੇ ਅੱਜ ਤੁਸੀਂ ਦੇਖੋ ਵੀ ਜ਼ਿਮੀਂਦਾਰਾਂ ਨੇ ਆਪਣੇ ਪਸ਼ੂਆਂ ਵਾਸਤੇ ਜਿਹੜਾ ਚਾਰਾ ਬੀਜਿਆ ਉਹਨੂੰ ਵੀ ਪਾਣੀ ਦੀ ਲੋੜ ਆ ਜੀਰੀ ਨੂੰ ਪਾਣੀ ਦੀ ਲੋੜ ਆ ਇੰਡਸਟਰੀ ਨੂੰ ਪਾਣੀ ਦੀ ਲੋੜ ਆ ਪਹਿਲਾਂ ਹੀ ਵਪਾਰ ਪੰਜਾਬ ਦੇ ਅੰਦਰ ਤਬਾਹ ਹੋ ਗਿਆ ਬੇਰੁਜ਼ਗਾਰੀ ਬਹੁਤ ਵਧੀ ਪਈ ਆ ਪਰ ਸਰਕਾਰ ਨੇ ਕੋਈ ਇੰਤਜ਼ਾਮ ਨਹੀਂ ਕਰੇ ਨਾ ਸਰਕਾਰ ਅਜੇ ਤੱਕ ਸੀਰੀਅਸ ਹੈਗੀ ਅੱਗੇ ਜੀਰੀ ਦਾ ਸੀਜ਼ਨ ਲੱਗ ਆ ਰਿਹਾ ਜੀਰੀ ਕਿਸਾਨਾਂ ਨੇ ਲਾਣੀ ਆ ਸੋ ਇੱਕ ਤਾਂ ਵਿਧਾਨ ਕਿਸਾਨਾਂ ਨਾਲ ਰਾਏ ਕਰੇ ਤੁਸੀਂ ਦੇਖੋ ਵੀ ਪਹਿਲੀ ਵਾਰੀ ਹੋਇਆ ਵੀ 10 ਤਰੀਕ ਨੂੰ ਜੀਰੀ ਪੰਜਾਬ 'ਚ ਲੱਗਦੀ ਸੀਗੀ ਇਹਨਾਂ ਤੋਂ ਬਿਜਲੀ ਦੇ ਪ੍ਰਬੰਧ ਨਹੀਂ ਹੋਏ ਉਹ ਆਪਣੇ ਆਪ ਹੀ ਡੇਟ ਚੱਕ ਕੇ 20 ਤਰੀਕ ਕਰਦੀ ਜਿਹੜਾ ਕਿ ਸਾਰੀ ਜ਼ਿਮੀਂਦਾਰਾਂ ਦੀ ਪਲੈਨਿੰਗ ਹੈ ਜਿਹੜੀ ਉਹ ਖਰਾਬ ਕਰਦੀ ਜ਼ਿਮੀਂ ਦੂਸਰਾ ਪੰਜਾਬ ਦਾ ਜ਼ਿਮੀਂਦਾਰ ਬੜਾ ਸਟ੍ਰੈਸ 'ਚ ਆ ਕਰਜਾਈ ਹੋਇਆ ਪਿਆ ਪਿੱਛੇ ਇੱਕਦਮ ਗਰਮੀ ਵਧਣ ਕਰਕੇ ਕਣਕ ਦਾ ਝਾੜ ਆ ਜਿਹੜਾ 8-10 ਕੁਇੰਟਲ ਰਹਿ ਗਿਆ ਉਹਦੇ ਨਾਲ ਜ਼ਿਮੀਂਦਾਰ ਦੀ ਕੰਡੀਸ਼ਨ ਹੋਰ ਮਾੜੀ ਹੋਣੀ ਆ ਸੋ ਇਹਨੂੰ ਕੁਦਰਤੀ ਆਫਤਾ ਸਰਕਾਰ ਨੇ ਅਜੇ ਤੱਕ ਐਲਾਨ ਨਹੀਂ ਕਰਿਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਮੀਡੀਏਟਲੀ ਜਿਹੜਾ ਉਹਨੂੰ ਆਫਤਾ ਐਲਾਨ ਕਰਕੇ ਜ਼ਿਮੀਂਦਾਰਾਂ ਨੂੰ ਜਿਹੜੀ ਕੰਪਨਸੇਸ਼ਨ ਆ ਉਹ ਦੇਈ ਜਾਏ ਅੱਜ ਪੰਜਾਬ 'ਚ ਲਾਅ ਐਂਡ ਆਰਡਰ ਦੀ ਜਿਹੜੀ ਇੰਸੀਡੈਂਟ ਆ ਉਹ ਬਹੁਤ ਮਾੜੇ ਹੋ ਰਹੇ ਆ ਪਟਿਆਲੇ ਵਰਗੀਆਂ ਜਿਹੜੀਆਂ ਘਟਨਾਵਾਂ ਇਹਦੇ ਨਾਲ ਜੇਕਰ ਬਾਹਰ ਤੋਂ ਕੋਈ ਇਨਵੈਸਟਰ ਨੇ ਆਉਣਾ ਜਾਂ ਜੇ ਬਿਜ਼ਨਸ ਕਰਨਾ ਉਹਦੇ ਮਨ 'ਚ ਜਿਹੜਾ ਬਹੁਤ ਵੱਡਾ ਡਰ ਪੈਦਾ ਹੁੰਦਾ ਆ ਦੂਸਰੀ ਗੱਲ ਇਹ ਆ ਵੀ ਪੰਜਾਬ ਦੇ ਅੰਦਰ ਇੰਡਸਟਰੀ ਤੋਂ ਬਗੈਰ ਬੇਰੁਜ਼ਗਾਰੀ ਦੇਖੋ ਕਿੰਨੀ ਵਧੀ ਹੈ ਸੋ ਸਰਕਾਰ ਨੂੰ ਦਿਨ ਦਿਹਾੜੇ ਐਕਸਟੋਰਸ਼ਨ ਹੋ ਰਹੀ ਆ ਕਤਲ ਹੋ ਰਹੇ ਆ ਕੁੱਟਾਮਾਰਾਂ ਹੋ ਰਹੀਆਂ ਗੈਂਗਵਾਰਾਂ ਹੋ ਰਹੀਆਂ ਗੈਂਗਸਟਰ ਸਰੇਆਮ ਓਪਨ ਘੁੰਮ ਰਹੇ ਆ ਸੋ ਸਰਕਾਰ ਲਾਅ ਐਂਡ ਆਰਡਰ ਦੇ ਜਿਹੜੇ ਉਹ ਨੱਥ ਪਾਏ ਤੀਸਰਾ ਜਿਹੜਾ ਪੰਜਾਬ ਸਰਕਾਰ ਨੂੰ ਕੇਜਰੀਵਾਲ ਦੀ ਸਰਕਾਰ ਥੱਲੇ ਗਿਰ ਵੀ ਰੱਖਿਆ ਇਸ ਸਰਕਾਰ ਨੇ ਪੰਜਾਬ ਦੀ ਆਜ਼ਾਦੀ ਜਿਹੜੀ ਚੰਨੀ ਆ ਜਿਹਦੇ ਬੱਗੇ ਵਰਗੇ ਇੰਸੀਡੈਂਟ ਹੋਏ ਆ ਪੰਜਾਬ ਪੁਲਿਸ ਨੂੰ ਨਮੋਸ਼ੀ ਦੇਣੀ ਪਈ ਆ ਸੋ ਉਹ ਐਗਰੀਮੈਂਟ ਜਿਹੜਾ ਸਰਕਾਰ ਕੈਂਸਲ ਕਰੇ ਆਪਣੇ ਫੈਸਲੇ ਪੰਜਾਬ 'ਚ ਲਏ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਫੈਸਲੇ ਪੰਜਾਬ 'ਚ ਹੋਣੇ ਚਾਹੀਦੇ ਆ ਕੇਜਰੀਵਾਲ ਦਿੱਲੀ 'ਚ ਬੈਠ ਕੇ ਨਾ ਕਰੇ ਅੱਜ ਤੁਸੀਂ ਦੇਖੋ ਕਿ ਪੰਜਾਬ ਦਾ ਅਰਬਾਂ ਰੁਪਏ ਦਾ ਐਕਸਚੇਕਰ ਜਿਹੜਾ ਗੁਜਰਾਤ ਹਿਮਾਚਲ ਰਾਜਸਥਾਨ ਹਰਿਆਣਾ 'ਚ ਐਡਾਂ ਦੇ ਕੇ ਪੰਜਾਬ ਦੇ ਪੈਸੇ ਆ ਹਰਿਆਣੇ 'ਚ ਪਾਰਟੀ ਦੀ ਪ੍ਰਮੋਸ਼ਨ ਵਾਸਤੇ ਕੇਜਰੀਵਾਲ ਜਿਹੜਾ ਖਰਚ ਕਰ ਰਿਹਾ ਮੈਂ ਸਮਝਦਾ ਕਿ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਆ ਅਸੀਂ ਡੀਸੀ ਸਾਹਿਬ ਨੂੰ ਮਿਲੇ ਹਾਂ ਅਤੇ ਉਹਨਾਂ ਨੂੰ ਰਿਕੁਐਸਟ ਵੀ ਕਰੀ ਆ ਵੀ ਇਮੀਡੀਏਟਲੀ ਸਰਕਾਰ ਦੇ ਧਿਆਨ 'ਚ ਕਰ ਲਿਆਓ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰੂਗਾ ਔਰ ਸਿੱਧੀ ਬਿਜਾਈ ਦੀ ਗੱਲ ਕੀਤੀ ਜਾ ਰਹੀ ਹੈ ਕਿ 1500 ਰੁਪਇਆ ਜਿਹੜਾ ਮਾਲੀ ਸਹਾਇਤਾ ਦਾ ਤੁਹਾਨੂੰ ਲੱਗਦਾ ਕਿ ਸਿੱਧੀ ਬਿਜਾਈ ਨਾਲ ਕਿਸਾਨਾਂ ਦਾ ਜਿਹੜਾ ਫਾਇਦਾ ਹੋਊਗਾ ਜਾਂ ਪਾਣੀ ਦੀ ਬੱਚਤ ਵੀ ਹੋਊਗੀ ਸਰਕਾਰ ਦਾਅਵੇ ਬਹੁਤ ਕਰ ਰਹੀ ਹੈ ਸਰਕਾਰ ਤਾਂ ਜੀ ਡਰਾਮੇ ਕਰ ਰਹੀ ਆ ਕਦੇ ਕਹਿ ਦਿੰਦੀ ਆ ਮੁੱਗੀ ਬੀਜ ਦਿਓ 10 ਦਿਨਾਂ 'ਚ ਪੈਦਾ ਹੋ ਜੂਗੀ ਸੋ ਮੈਨੂੰ ਤਾਂ ਲੱਗਦਾ ਨਹੀਂ ਵੀ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਇਹ ਪਤਾ ਕਿ ਮੁੱਗੀ ਦੀ ਫਸਲ ਕਿੰਨੇ ਦਿਨ 'ਚ ਹੋਣੀ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਜਿਹੜਾ ਬਿਜਾਈ ਵਾਲਾ ਸਿਸਟਮ ਆ ਉਹ ਸਮਝ 'ਚ ਹੀ ਆਉਂਦਾ ਹੋਣਾ ਸੋ ਇਸ ਤਰ੍ਹਾਂ ਦੇ ਉਹ ਫੈਸਲੇ ਜਿਹੜੇ ਕਰੀ ਜਾਂਦੇ ਮਤਲਬ ਸਿਰਫ ਇੱਕ ਅਖਬਾਰਾਂ ਦੀਆਂ ਸੁਰਖੀਆਂ ਬਣਾਉਣੀਆਂ ਜਾਂ ਬਾਹਰਲੀਆਂ ਸਟੇਟਾਂ 'ਚੋਂ ਅਖਬਾਰਾਂ ਰਾਹੀਂ ਪਬਲਿਸ਼ਟੀ ਕਰਨ 'ਤੇ ਜ਼ਿਆਦਾ ਤੋਂ ਜ਼ੋਰ ਆ ਇਸ ਸਰਕਾਰ ਦਾ ਬਾਕੀ ਜਿਹੜੀ ਰੀਅਲ ਪ੍ਰੋਬਲਮਸ ਆ ਕਿਸਾਨਾਂ ਦੀ ਉਹ ਸੋਲਵ ਕਰਨ ਵਾਸਤੇ 1% ਵੀ ਸਰਕਾਰ ਦਾ ਧਿਆਨ ਨਹੀਂ ਸਰ ਆਮ ਆਦਮੀ ਪਾਰਟੀ ਜਿਹੜੇ MLA ਸੀਗੇ 1 ਰੁਪਏ ਐਲਾਨ ਕਰਾਉਣਾ ਕਿ ਮੈਂ 1 ਰੁਪਏ ਤਨਖਾਹ ਲਵਾਂਗਾ ਉਹ 40 ਕਰੋੜ ਦੇ ਫਰੋਡ 'ਚ ਫਸੇ ਨੇ ਉਹਨਾਂ ਬਾਰੇ ਕੀ ਹੈਗਾ ਜੀ ਆਮ ਆਦਮੀ ਪਾਰਟੀ ਆਪ ਫਰੋਡ ਆ ਕੇਜਰੀਵਾਲ ਸਭ ਤੋਂ ਵੱਡਾ ਫਰੋਡ ਆ ਆ ਪੰਜਾਬੀਆਂ ਨਾਲ ਫਰੋਡ ਕਿੱਡੇ ਕਿੱਡੇ ਕਰੇ ਆ ਹੁਣ ਬੀਬੀਆਂ ਨੂੰ 1000 ਰੁਪਏ ਦੇ ਦੇ 300 ਯੂਨਿਟ ਵਾਲੀ ਗੱਲ ਤੀ ਜਿਹੜੀ ਤੁਸੀਂ ਦੇਖੋ ਵੀ ਐਲਾਨ ਦੇ ਵੀ ਐਲਾਨ ਹੋ ਰਹੇ ਆ ਕਹਿੰਦੇ ਵੀ ਜੁਲਾਈ ਤੋਂ ਅਸੀਂ ਜਿਹੜੀ ਉਹ ਬਿਜਲੀ 300 ਯੂਨਿਟ ਮਾਫ਼ ਕਰਾਂਗੇ ਐਲਾਨ ਕਰਿਆ ਔਰ ਬਾਹਰਲੀਆਂ ਸਟੇਟਾਂ 'ਚ ਮਾਰਕੀਟ ਕਰ ਰਹੇ ਹਾਂ ਗੁਜਰਾਤ 'ਚ ਕਰ ਰਹੇ ਹਾਂ ਰੇਤ ਅੱਜ 40 ਰੁਪਏ ਫੁੱਟ ਮਹਿੰਗਾ ਹੋ ਗਿਆ 61 ਫੁੱਟ ਇਹ ਸਰਕਾਰ ਦੇ ਅੰਦਰ ਉਹ ਵੱਧ ਗਈ ਆ
सो जिहड़ा ये फ्रॉड कंपनी आई है पंजाब के लोगों को दो महीने की पता लग गया कि किस तरह ये पंजाबियों नाल फ्रॉड करके आई हैं। सो लोग पछता रहे हैं, साडी ड्यूटी आ बीइंग अ स्टेट पार्टी श्रोमणी अकाली दल शहीदां दी पार्टी और पंजाब दी वारस पार्टी हैगी, साडी ड्यूटी है जे सरकार कुछ गलत करदी है तां श्रोमणी अकाली दल डट के सरकार दे खिलाफ लड़ाई लड़ा।